खबर लेने अमृतसर तो जिथे साहित छापन वाली संस्था जीवन सिंह भाई चतर प्रिंटिंग प्रेस की कारवाई तो बाद बंद। ग्रोह ने लाए दोष भाई चतर सिंह जीवन सिंह प्रिंटिंग प्रेस के बाहर जथेबंदियों ने लाया ताला। प्रहुनचारी कमेटी के मैंबर भाई चतर सिंह अमृतसर स्थित जीवन सिंह प्रिंटिंग प्रेस विच पुजे अते उत्थे हो रही बेअदबी तो बाद प्रिंटिंग रोक दी गई। इस मौके सतिकार कमेटी दे मेंबरा ने दस्या के भाई चतर सिंह जीवन सिंह प्रेस विच गुटका साहिब दी छपाई दा कम लंबे समय तो चल रहा है। मंजित सिंह नूं प्रिंटिंग प्रेस विच हो रही बेअदबी दी सूचना मिली सी, जिस तो बाद उसने जांच लई कुछ समा इत्थे सेवा करन दा मन बनाया, जिस तो बाद इत्थे हो रहियां बेअदबी दीआं गल्लां सच साबित होईआं, जिस तो बाद इह कारवाई करन दा फैसला कीता गया कि जानकारी अनुसार प्रवासी मजदूर इत्थे छपाई दा कम कर रहे सन, जिथे इस प्रिंटिंग प्रेस विच मर्यादा दी उलंघना कीती जा रही है। प्रिंटिंग प्रेस च हो रही बेअदबी दा मामला सामने आउण तो बाद सतिकार कमेटी श्रोमणी कमेटी पुलिस समेत प्रिंटिंग प्रेस ते पहुंची, जिस तो बाद प्रिंटिंग प्रेस विच काम बंद कर दिता गया ते प्रेस दे बाहर भी ताला लगा दिता गया। इस मौके होर की गलबात हुई है, आओ मारदे हां पूरी खबर ते नजर। हां जी भाई, अपना नाम मनजीत सिंह चवाल जी। की जे मसला जेड़ा भाई चतर सिंह जी? ए जी गुटके साहब उथे प्रेस ते छापदे सी पोथियां साहब, जिहड़ी बड़ी वड्डे लेवल ते नरादरी हो रही आ, ते अज प्रशासन दे नाल जाके जदों असीं रेड कीता वा ਉੱਥੇ ਜਿਹੜੀ ਲੇਬਰ ਸੀ ਸਾਨੂੰ ਇਹ ਪਤਾ ਲੱਗਾ ਸੀ ਕਿ ਉੱਥੇ ਸਿਗਰਟਾਂ ਬੀੜੀਆਂ ਉੱਥੇ ਹੀ ਪੀਂਦੀ ਅਤੇ ਉੱਥੇ ਹੀ ਇਹ ਜਿਹੜੇ ਆ ਪੋਥੀਆਂ ਸਾਹਿਬ ਦੇ ਕੰਮ ਕਰਦੇ ਆ। ਜਦੋਂ ਅੱਜ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਗਏ ਹਾਂ ਉੱਥੋਂ ਬੀੜੀਆਂ ਵੀ ਅਤੇ ਸਿਗਰਟਾਂ ਵੀ ਅਤੇ ਤੰਬਾਕੂ ਜਿਹੜਾ ਵਾ ਉਹ ਵੀ ਉੱਥੋਂ ਪ੍ਰਾਪਤ ਹੋਇਆ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਉੱਥੋਂ ਮਿਲੀਆਂ ਵਾ, ਅਤੇ ਪ੍ਰਸ਼ਾਸਨ ਨੇ ਵੀ ਉਹ ਵੀਡੀਓ ਬਣਾਈਆਂ ਵਾ, ਸਾਡੇ ਸਿੰਘਾਂ ਵੀ ਬਣਾਈਆਂ ਵਾ, ਅਤੇ ਅਸੀਂ ਹੁਣ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਕਿ ਕਾਨੂੰਨੀ ਬੰਦ ਦੀ ਕਾਰਵਾਈ ਹੋਵੇ ਅਤੇ ਪ੍ਰੈਸ ਜਿਹੜੀ ਇਹਨਾਂ ਦੀ ਪੂਰਨ ਤੌਰ 'ਤੇ ਬੰਦ ਹੋਵੇ ਅਤੇ ਸਹੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਥੇਬੰਦੀਆਂ ਇਹ ਪੋਥੀਆਂ ਦੀ ਸੇਵਾ ਕਰਨ ਤਾਂ ਕਿ ਜਿਹੜੀ ਸੇਵਾ ਸੁਚੱਜੇ ਢੰਗ ਦੇ ਨਾਲ ਸੰਗਤਾਂ ਦੀ ਹੋ ਸਕੇ ਜੀ। ਇਹ ਚਤਰ ਸਿੰਘ ਜੀਵਨ ਸਿੰਘ ਦੀ ਧਾਰਮਿਕ ਲਿਟਰੇਚਰ ਛਾਪਣ ਵਾਲੀ ਇੱਕ ਪ੍ਰੈਸ ਆ। ਮੇਰੇ ਨਾਲ ਸੱਜੇ ਪਾਸੇ ਭਾਈ ਮਨਜੀਤ ਸਿੰਘ ਝਮਾਲ ਖਲੋਤੇ ਨਜ਼ਰ ਆਏ ਆ। ਇਹਨਾਂ ਨੂੰ ਕਿਸੇ ਸਿੰਘ ਨੇ ਜਾਣਕਾਰੀ ਦਿੱਤੀ, ਜਿਹੜਾ ਇਸ ਪ੍ਰੈਸ ਦੇ ਵਿੱਚ ਕਾਫੀ ਲੰਮੇ ਤੋਂ ਕੰਮ ਕਰਦਾ ਸੀ, ਉਹਦੇ ਦਰਸ਼ਨ ਮੁਤਾਬਕ ਕਿ ਗੁਰਬਾਣੀ ਦੇ ਇੱਥੇ ਕੋਰ ਨਰਾਦਰੀ ਹੁੰਦੀ ਆ, ਉਹਦੀ ਨਿਸ਼ਾਨਦੇਹੀ 'ਤੇ ਇਹਨਾਂ ਨੇ ਕੁਝ ਦਿਨ ਇੱਥੇ ਸੇਵਾ ਵੀ ਕੀਤੀ, ਆਸਾ ਪਾਸਾ ਵੇਖਿਆ ਸੰਭਾਲਿਆ। ਅੱਜ ਸਿੰਘਾਂ ਨੂੰ ਨਾਲ ਲੈ ਕਰਕੇ ਦਾਸ ਨੂੰ ਵੀ ਇਹਨਾਂ ਨੇ ਦਸਨਾ ਕੀਤਾ ਅਤੇ ਮੈਂ ਇਹਨਾਂ ਦੇ ਨਾਲ ਆਇਆ। ਜਦੋਂ ਇਸ ਪ੍ਰੈਸ ਦੇ ਅੰਦਰ ਜਾ ਕਰਕੇ ਦੇਖਿਆ ਟਰੱਕਾਂ ਦੇ ਟਰੱਕ ਇੱਥੇ ਪੋਥੀਆਂ ਦੀ ਛਪਾਈ ਹੁੰਦੀ ਆ, ਪਰ ਸਤਿਕਾਰ ਕੋਈ ਨਹੀਂ ਗਾ। ਇਸ ਪ੍ਰੈਸ ਦੇ ਅੰਦਰ ਗੁਟਕਾ ਖਾਧਾ ਜਾਂਦਾ, ਤੰਬਾਕੂ ਖਾਧਾ ਜਾਂਦਾ, ਬੀੜੀਆਂ ਪੀਤੀਆਂ ਜਾਂਦੀਆਂ ਅਤੇ ਨਾਲ ਅੰਦਰ ਪ੍ਰੈਸ ਦੇ ਸ਼ਰਾਬ ਵੀ ਪੀਤੀ ਜਾਂਦੀ ਆ। ਜਿੰਨੇ ਵੀ ਇਹਨਾਂ ਦੇ ਮੁਲਾਜ਼ਮ ਵਰਗ ਇੱਥੇ ਕੰਮ ਕਰਦੇ ਆ ਸਾਰੇ ਸਿੱਖ ਧਰਮ ਦੇ ਨਾਲ ਸੰਬੰਧਿਤ ਨਹੀਂ, ਉਹ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਉਹ ਘੋਰ ਨਰਾਦਰੀ ਕਰਦੇ ਆ ਰੰਗੇ ਹੱਥੀਂ ਪਿੜਾ। ਅਤੇ ਗੁਰਮੁਖੋ ਪ੍ਰਸ਼ਾਸਨ ਵੀ ਆਇਆ, ਇਹ ਜਿਹੜੀ ਨਰਾਦਰੀ ਕੀਤੀ ਆ ਇਹ ਸਹਾਰਨ ਵਾਸਤੇ ਸਾਡੇ ਵਾਸਤੇ ਬੜੀ ਮੁਸ਼ਕਲ ਆ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਅਤੇ ਪੱਕੇ ਤੌਰ 'ਤੇ ਜਿਹੜੀ ਚਤਰ ਸਿੰਘ ਜੀਵਨ ਸਿੰਘ ਦੀ ਲੰਮੇ ਸਮੇਂ ਤੋਂ ਇਹ ਪ੍ਰੈਸ ਚੱਲਦੀ ਆ ਇਹਨਾਂ ਨੂੰ ਬੰਦ ਕੀਤਾ ਜਾਵੇ, ਅਤੇ ਹੋਰ ਵੀ ਇਸ ਸ਼ਹਿਰ ਦੇ ਅੰਦਰ ਜਿਹੜੀਆਂ ਸੰਸਥਾਵਾਂ ਧਾਰਮਿਕ ਸਾਹਿਤ ਲਿਟਰੇਚਰ ਛਾਪਦੀਆਂ ਉਹਨਾਂ 'ਤੇ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਅਣਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਏ ਸੀ ਇੱਥੇ, ਇੱਥੇ ਪ੍ਰਿੰਟਿੰਗ ਪ੍ਰੈਸ ਆ ਭਾਈ ਜੀਵਨ ਸਿੰਘ ਭਾਈ ਚਤਰ ਸਿੰਘ ਵਾਲਿਆਂ ਦੀ, ਇੱਥੇ ਗੁਰਬਾਣੀ ਦੀ ਧਾਰਮਿਕ ਪੁਸਤਕਾਂ ਜਿਹੜੀਆਂ ਛਪਾਈ ਹੁੰਦੀ ਹੈ ਜਿਵੇਂ ਕਿ ਗੁਟਕਾ ਸਾਹਿਬ ਅਤੇ ਹੋਰ ਪੁਸਤਕਾਂ, ਇਹਨਾਂ ਦੇ ਕਹਿਣ ਦਾ ਵੀ ਇੱਥੇ ਬੇਅਦਬੀ ਹੋ ਰਹੀ, ਸਾਂਭ ਸੰਭਾਲ ਨਹੀਂ ਹੋ ਰਹੀ। ਉਸ ਸੰਬੰਧ 'ਚ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਅਸੀਂ ਮੌਕੇ 'ਤੇ ਪਹੁੰਚੇ ਹਾਂ। ਤੰਬਾਕੂ ਵਗੈਰਾ ਇੱਥੋਂ ਮਿਲਿਆ ਤੁਹਾਨੂੰ ਲੱਗਾ ਕੁਛ? ਬਿਲਕੁਲ, ਜੋ ਵੀ ਚੀਜ਼ਾਂ ਸਾਹਮਣੇ ਅਸੀਂ ਵੀਡੀਓਗ੍ਰਾਫੀ ਕੀਤੀ ਹੈ, ਜੋ ਵੀ ਕੰਪਲੇਂਟ ਕਰਨਗੇ ਉਸ ਮੁਤਾਬਕ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਹੁਣ ਦੁਕਾਨ ਨੂੰ ਕੀ ਕੀਤਾ ਜਾ ਰਿਹਾ ਫਿਰ? ਫਿਲਹਾਲ ਤਾਂ ਦੁਕਾਨ ਤੋਂ ਬੰਦ ਕੀਤੀ, ਇਹਨਾਂ ਨੇ ਮਾਲਕਾਂ ਵੱਲੋਂ ਬੰਦ ਕਰਾਈ ਗਈ ਹੈ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।